ਬਹੁਤ ਹੀ ਇਹਨਾਂ ਦੀਆਂ ਪਰਾਲੀਆਂ ਅੱਛੀਆਂ ਹਨ ਔਰ ਬਹੁਤ ਹੀ ਅੱਛੇ ਢੰਗ ਨਾਲ ਪ੍ਰੋਗਰਾਮ ਕਰਦੇ ਹਨ ਲੇਕਿਨ ਪ੍ਰੋਗਰਾਮ ਕਰਨੇ ਵਾਸਤੇ ਬਹੁਤ ਮੁਸ਼ਕਲਾਂ ਹੋਣੀਆਂ ਪਰਮਿਸ਼ਨ ਲੈਣੀ ਪੈਂਦੀ ਹੈ ਹਰ ਇੱਕ ਪਾਸੋਂ ਕੰਪਨੀ ਦੀ ਪਾਸੋਂ ਪਰਮਿਸ਼ਨ ਲੈਣੀ ਪੈਂਦੀ ਆ ਔਰ ਫਿਰ ਕਿਸੇ ਅੱਛੇ ਢੰਗ ਨਾਲ ਕਿੰਨਾ ਪ੍ਰੋਗਰਾਮ ਵਧੀਆ ਕਰਦੇ ਆ ਇਹ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਪ੍ਰੋਗਰਾਮ ਕਰ ਸਕਦੇ ਆ ਪਹਿਲਾਂ ਕੋਈ ਵੀ ਕੁਛ ਨਹੀਂ ਕਰ ਸਕਦਾ ਜਦ ਤੱਕ ਸੰਗਤ ਦਾ ਸਹਿਯੋਗ ਨਹੀਂ ਹੈ ਜਦ ਤੱਕ ਅਸੀਂ ਕੁਛ ਨਹੀਂ ਕਰ ਸਕਦੇ ਬਹੁਤ ਹੀ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਧੰਨਵਾਦ ਕਰਦਾ ਮੈਂ ਸ਼ਕਤੀ ਸਾਹਿਬ ਦਾ ਗੁਰਦਾਸ ਨੂੰ ਪੰਜ ਮਿੰਟ ਦਾ ਸਮਾਂ ਦਿੱਤਾ ਹੈ ਬਹੁਤ ਹੀ ਸ਼ੁਕਰਗੁਜ਼ਾਰ ਹੈ ਅਸੀਂ ਅੱਜ ਇਸ ਜਗ੍ਹਾ ਤੇ ਬੈਠੇ ਹਾਂ ਡਾਕਟਰ ਭੀਮ ਰਾਓ ਸਾਹਿਬ ਜੀ ਕਰਨ ਦਾ ਜੀ ਗੁਰਦਾਸ ਮਹਾਰਾਜ ਦੀ ਦੇਣ ਹੈ ਨਹੀਂ ਤਾਂ ਸਾਨੂੰ ਕੋਈ ਨਹੀਂ ਪੁੱਛਦਾ ਅੱਜ ਅਸੀਂ ਬਚਪਨ ਦੀ ਗੱਲ ਮੈਂ ਕਰਨ ਲੱਗੇ ਹਾਂ ਗੁਰਦੁਆਰਾ ਦੇ ਵਿੱਚ ਵੀ ਸਾਡੀ ਲਾਈਨ ਅਲੱਗ ਲਗਾਈ ਜਾਂਦੀ ਸੀ ਜੋ ਕਿ ਗੁਰੂ ਘਰ ਹਨ ਹਰ ਇੱਕ ਸਥਾਨ ਦੇ ਉੱਤੇ ਕਿਤੇ ਵੀ ਲੰਗਰ ਲਾਉਣਾ ਤਾਂ ਸਾਡੀ ਲਾਈਨ ਵੱਖਰੀ ਹੁੰਦੀ ਕਿਉਂ ਵੱਖਰੀ ਹੁੰਦੀ ਸੀ ਸਾਡੇ ਵਿੱਚ ਪਾਵਰ ਸੀ ਸਾਡੇ ਵਿੱਚ ਤਾਕਤ ਸੀ ਅੱਜ ਬੜੇ ਬੜੇ ਮਿਨਿਸਟਰ ਬੜੇ ਬੜੇ ਅਹੁਦਿਆਂ ਤੇ ਬੜੀਆਂ ਬੜੀਆਂ ਪੋਸਟਾਂ ਤੇ ਸਾਡੇ ਬੰਦੇ ਬੈਠੇ ਉਹਨਾਂ ਦੀ ਬਦੌਲਤ ਤੇ ਬਾਬਾ ਸਾਹਿਬ ਦੀ ਬਦੌਲਤ ਤੇ ਜਿਹੜੀ ਸਾਡਾ ਸੰਵਿਧਾਨ ਸੰਵਿਧਾਨ ਨੇ ਕਿ ਸਾਨੂੰ ਉੱਚਾ ਕੀਤਾ ਸਾਡੇ ਸ੍ਰੀ ਗੁਰਦਾਸ ਮਹਾਰਾਜ ਨੇ ਸਾਨੂੰ ਉੱਚਾ ਕੀਤਾ ਉਹਨਾਂ ਦੇ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਸੰਤ ਰਾਮਾਨਾ ਜੀ ਜਿਹੜੀ ਕੁਰਬਾਨੀ ਦੇ ਗਏ ਕੌਮ ਦੀ ਖਾਤਰ ਭੁੱਲਣਾ ਨਹੀਂ ਉਹ ਕਦੇ ਵੀ ਸੰਤਾਂ ਦੀ ਕੁਰਬਾਨੀ ਨੂੰ ਭੁੱਲਣਾ ਨਹੀਂ ਉਹ ਕਦੇ ਵੀ ਸੰਤਾਂ ਦੀ ਕੁਰਬਾਨੀ ਨੂੰ ਕੌਮ ਦੀ ਖਾਤਰ ਮਾਰ ਗਏ ਆਪਣੀ ਜਿੰਦਗਾਨੀ ਨੂੰ ਦੁਨੀਆਂ